ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ 'ਤੇ। ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਲਓ ਜੀ, ਅਸੀਂ ਇੱਥੇ ਬੈਠੇ ਸੀਗੇ, ਮੈਂ ਚਾਹ ਪੀਂਦੀ ਸੀ ਅਤੇ ਰੋਟੀ ਖਾਂਦੇ ਸੀਗੇ, ਅਤੇ ਇੱਕ ਬਸ ਸਨੈਕਸ ਦੇ ਤੌਰ 'ਤੇ ਖਾ ਰਹੇ ਸੀਗੇ, ਪਰੌਂਠਾ ਖਾਂਦੇ ਸੀਗੇ। ਜਿਹਾਰ ਨੂੰ ਪਰੌਂਠੇ ਬਣਾਏ ਸੀਗੇ ਅਤੇ ਇਹ ਵੀ ਖਾ ਰਹੇ ਸੀਗੇ, ਅਤੇ ਮੈਂ ਚਾਹ ਪੀਂਦੀ ਸੀ। ਮੇਰਾ ਮਨ ਨਹੀਂ ਸੀਗਾ ਰੋਟੀ ਖਾਣ ਦਾ, ਕੁਛ ਵੀ ਖਾਣ ਦਾ, ਕਿਉਂਕਿ ਜੇ ਯਾਰ ਸਕੂਲੋਂ ਆਇਆ ਸੀ ਦੁਪਹਿਰੇ ਜੇ, ਬਸ ਪਤਾ ਨਹੀਂ ਕਿਉਂ ਹੈ ਨਾ, ਪਤਾ ਨਹੀਂ ਕੁਛ ਖਾ ਮੈਂ ਹੈ ਨਾ, ਜਦੋਂ ਮੈਡੀਸਨ ਲੈਂਦੇ ਹਾਂ ਵੀ ਉਦੋਂ ਪਹਿਲਾਂ ਕੁਛ ਖਾਣਾ ਪੀਂਦਾ ਪੈਂਦਾ ਹੈ ਨਾ, ਜਿਹੜੀ 11 ਕੁ ਵਜੇ ਆਪਾਂ ਮੈਡੀਸਨ ਲੈਣੀ ਆ ਉਹ ਵੀ ਹੈ ਨਾ, ਵੀ ਫਿਰ ਉਹਦੇ ਕਰਕੇ ਜਿੱਦਾਂ ਐਪਲ ਵਗੈਰਾ ਖਾ ਲਿਆ ਹੈ ਨਾ, ਫਿਰ ਭੁੱਖ ਨਹੀਂ ਲੱਗਦੀ ਹੈਗੀ ਜ਼ਿਆਦਾ। ਅਤੇ ਫਿਰ ਮੈਂ ਇੱਥੇ ਥੋੜ੍ਹੀ ਜਿਹੀ ਮਤਲਬ ਦੁੱਧ ਜਿਹਾ ਪੀਂਦੀ ਸੀਗੀ, ਦੁੱਧ 'ਚ ਪੱਤੀ ਪਾਈ ਹੋਈ ਸੀ, ਚਾਹ ਤਾਂ ਆਪ ਤੁਹਾਨੂੰ ਪਤਾ ਹੀ ਹੈ ਉੱਤੇ ਬੰਦੇ ਕਰਤੀ। ਅਤੇ ਚਾਹ ਦੁੱਧ ਪੀਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਟਾਈਮ ਰੈਸਟ ਕੀਤੀ, ਅਤੇ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਸੀਗੇ ਇੱਥੇ ਪਸ਼ੂਆਂ ਦੇ ਵਿੱਚ ਧਾਰਾਂ ਚੋਣ, ਅਤੇ ਅਰਜਨ ਦੁੱਧ ਪੀ ਜਾ ਰਿਹਾ ਆਪਣੀ ਮੰਮਾ ਦਾ, ਬਹੁਤ ਮਸਤੀ ਕਰਦਾ, ਬਹੁਤ ਜ਼ਿਆਦਾ ਮਸਤ ਦਾ ਆ, ਤੁਸੀਂ ਦੇਖੋ ਪੂਰ ਫੁੱਲ ਮਸਤ ਆ, ਇਹ ਬਹੁਤ ਜ਼ਿਆਦਾ ਟੱਪਦਾ ਨੱਚਦਾ, ਬਹੁਤ ਸੋਹਣਾ ਲੱਗਦਾ ਆ, ਹੈ ਹੀ ਇੰਨਾ ਸੋਹਣਾ ਹੈ ਨਾ, ਕਿਊਟ ਜਿਹਾ ਬਾਹਲਾ ਸੋਹਣਾ ਆ। ਇਹਨੂੰ ਐਂ ਨਹੀਂ ਹੈਗਾ ਵੀ ਜਿਵੇਂ ਹੈ ਨਾ ਕਟਰੂ ਆਪਣੀ ਮੰਮਾ ਨਾਲ ਲਾਡ ਪਿਆਰ ਕਰਦੇ ਆ, ਉਹਨਾਂ ਨਾਲ ਨਹੀਂ ਕਰਦਾ, ਦੇਖੋ ਇਹਨਾਂ ਨਾਲ ਹੈ ਨਾ, ਵੀ ਜਿਵੇਂ ਇਹ ਕਰਦੇ ਆ ਹੈ ਨਾ, ਨਚਾਉਂਦੇ ਟਪਾਉਂਦੇ ਆ, ਬਸ ਉੱਕਣੇ ਨੱਚੀ ਜਾਂਦਾ ਆ, ਉੱਧਰ ਚਲ ਜਾਊ ਦੂਈ ਮੱਝ ਕੋਲ, ਪਰ ਆਪਣੀ ਮਾਂ ਕੋਲ ਨੂੰ ਨਹੀਂ ਆਉਂਦਾ ਹੈਗਾ। ਲੈ ਦੇਖੋ ਟੱਪੀ ਜਾਣਾ ਇਹਨੇ, ਟੱਪੀ ਜਾਣਾ ਜਿੰਨਾ ਟਾਈਮ ਮੈਂ ਧਾਰ ਚੋਊਂਗੀ ਨਹੀਂ ਕੁਛ, ਫਿਰ ਵੀ ਧਾਰ ਚੋਈ ਤੋਂ ਬਾਅਦ ਵੀ ਨਾ, ਜਦੋਂ ਆਪਾਂ ਖੋਲ੍ਹ ਕੇ ਇਹਨੂੰ ਉੱਧਰ ਬੰਨਣ ਲਈ ਇਹਦੀ ਜਗ੍ਹਾ 'ਤੇ ਬੰਨਣ ਜਾਂਦੇ ਹਾਂ, ਫਿਰ ਵੀ ਇਹਨੂੰ ਐਂ ਹੁੰਦਾ ਵੀ ਬਸ ਹੁਣ ਮੈਨੂੰ ਬੰਨੋ ਨਾ, ਮੈਨੂੰ ਛੱਡ ਦਿਉ, ਖੇਡਣ ਦਿਉ ਮੈਨੂੰ ਫੁੱਲ ਵਟਾ ਫੁੱਲ, ਬਹੁਤ ਖੇਡਦਾ ਆ। ਅਤੇ ਹਾਂਜੀ, ਜੇਕਰ ਤੁਸੀਂ ਪਲੀਜ਼ ਵੀਡੀਓ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਆ ਜੀ। ਬੈੱਲ ਦਾ ਬਟਨ ਦਬਾਉਣਾ ਨਾ ਭੁੱਲਿਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇ ਫਿਰ ਤੁਸੀਂ ਸਭ ਤੋਂ ਪਹਿਲਾਂ ਵਾਚ ਕਰੋ, ਅਤੇ ਇੱਕ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ, ਠੀਕ ਆ ਜੀ। ਅਤੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਸੀ, ਅਤੇ ਜਿੱਦਾਂ ਹੁਣ ਮੇਰੇ ਹਸਬੈਂਡ ਦਾ ਬਰਥਡੇ ਸੀਗਾ ਨਾ 14 ਅਪ੍ਰੈਲ ਨੂੰ, ਉਹਨਾਂ ਦੇ ਬਰਥਡੇ ਵਾਲੀ ਜਦੋਂ ਮੈਂ ਵੀਡੀਓ ਪਾਈ ਨਾ, ਫਿਰ ਉੱਥੇ ਵੀ ਤੁਸੀਂ ਆ ਕੇ ਦੱਸ ਦਿਓ ਜਿੱਦਾਂ ਹੈ ਨਾ, ਵੀ ਕਿਸੇ ਦਾ ਇੱਕ ਦਿਨ ਪਹਿਲਾਂ ਬਰਥਡੇ ਹੁੰਦਾ, ਵੀ ਮਤਲਬ ਜੇ ਕਿਸੇ ਦਾ ਮਤਲਬ ਸਮਝ ਲਓ ਆਹੀ ਵੀ 10 ਤਰੀਕ ਨੂੰ ਬਰਥਡੇ ਆ, ਤਾਂ ਤੁਸੀਂ ਮੈਨੂੰ 9 ਤਰੀਕ ਵਾਲੀ ਵੀਡੀਓ 'ਤੇ ਕਮੈਂਟਸ ਕਰਕੇ ਜ਼ਰੂਰ ਦੱਸ ਦਿਆ ਕਰੋ ਵੀ ਮੇਰਾ ਕੱਲ੍ਹ ਨੂੰ ਬਰਥਡੇ ਆ, ਇੱਕ ਦਿਨ ਪਹਿਲਾਂ ਜ਼ਰੂਰ ਦੱਸ ਦਿਆ ਕਰੋ ਤੁਹਾਡਾ ਬਰਥਡੇ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਦਾ ਵੀ ਬਰਥਡੇ ਆ, ਹੈ ਨਾ, ਕਿਉਂਕਿ ਤੁਸੀਂ ਮੇਰੀ ਫੈਮਿਲੀ ਹੋ, ਹੈ ਨਾ, ਤੁਹਾਡੀ ਹਰ ਖੁਸ਼ੀ ਹਰ ਮੇਰਾ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ, ਅਤੇ ਤੁਸੀਂ ਵੀ ਮੇਰੇ ਨਾਲ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ, ਕਿਸੇ ਦਾ ਵੀ ਬਰਥਡੇ ਤੁਹਾਡਾ ਆਪਣਾ ਹੈ ਨਾ, ਵਾਈਫ ਦਾ, ਬੱਚਿਆਂ ਦਾ, ਕਿਸੇ ਦਾ ਵੀ ਬਰਥਡੇ ਆ, ਅਤੇ ਇੱਕ ਦਿਨ ਪਹਿਲਾਂ ਜ਼ਰੂਰ ਦੱਸ ਦਿਆ ਕਰੋ, ਹੈ ਨਾ, ਫਿਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਵਿਸ਼ ਕਰ ਦਿਆ ਕਰਾਂਗੇ, ਠੀਕ ਆ ਜੀ। ਕਮੈਂਟਸ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ। ਅਤੇ ਲਓ ਜੀ, ਨੈਕਸਟ ਡੇ ਹੋ ਗਿਆ 10ਵੀਂ ਦਾ ਦੇਣਾ, ਅਤੇ ਇੱਥੇ ਮੈਂ ਦੇਖ ਕਰਨ ਲੱਗੀ ਸੀਗੀ, ਮੱਝ ਸੂਈ ਆ ਤੁਹਾਨੂੰ ਪਤਾ, ਆਪਾਂ ਸੁੱਚ ਖੋਲ੍ਹਣੀ ਆ, ਕਿਉਂਕਿ ਉਸ ਦਿਨ ਵਲੌਗ ਜਿਹੜਾ ਕੰਟੀਨਿਊ ਨਹੀਂ ਕਰ ਹੋਇਆ, ਅਤੇ ਹੁਣ 10ਵੀਂ ਦਾ ਦਿਨ ਆ, ਦੂਸਰਾ ਦਿਨ ਜਾਣੀ ਕਿ ਦੂਸਰਾ ਦਿਨ ਹੋ ਗਿਆ, ਅਤੇ ਇੱਥੇ ਮੈਂ ਦੇਖ ਕਰਨ ਲੱਗੀ ਸੀਗੀ। ਦੇਖ ਕਰਨ ਨੂੰ ਹੈ ਨਾ, ਪਤਾ ਕੀ ਹੋਇਆ ਵੀ ਇੱਥੇ ਵੀ 2 ਵੱਜ ਗਏ ਸੀ ਜਦੋਂ, ਨਾ ਤਾਂ ਮੈਂ ਵਲੌਗ ਸ਼ੁਰੂ ਕੀਤਾ, ਕਿਉਂਕਿ ਮੈਂ ਇਕੱਲੀ ਸੀਗੀ, ਘਰ ਕੋਈ ਵੀ ਨਹੀਂ ਸੀਗਾ, ਹੈ ਨਾ, ਬੱਚੇ ਪੜ੍ਹਨ ਚਲੇ ਗਏ, ਇਹਨਾਂ ਦੇ ਡੈਡੀ ਦਾ ਵੀ ਕੰਮ ਨਹੀਂ ਮੁੱਕੇ, ਆਪਦਾ ਬਾਹਰਲੇ ਕੰਮ ਕਰਦੇ ਫਿਰੀ ਗਿਆ, ਹੈ ਨਾ, ਤੁਹਾਨੂੰ ਪਤਾ ਵੀ ਹਾੜੀ ਦੇ ਟਾਈਮ ਆ, ਹੈ ਨਾ, ਹੁਣ ਬਹੁਤ ਸਾਰੇ ਕੰਮ ਹੁੰਦੇ ਆ, ਇਹਨਾਂ ਪਤਾ ਨਹੀਂ ਕੀ ਆਪਦਾ ਬਾਜ਼ਾਰ ਦੇ ਕੰਮ ਸੀਗੇ, ਉਹ ਕਰਦੇ ਫਿਰੀ ਗਏ, ਮੈਂ ਇਕੱਲੀ ਉਹ ਘਰ, ਫਿਰ ਮੈਂ ਸੋਚਿਆ ਮੈਂ ਦੇਗ ਬਣਾ ਦਿੰਦੀ, ਫਿਰ ਦੇਗ ਬਣਾ ਕੇ ਕੀ ਕਰੂੰਗੀ, ਹੈ ਨਾ, ਫਿਰ ਬਸ ਫਿਰ ਜਦ ਦੇਗ ਬਣਦੀ ਆ ਸਮੈਲ ਆਉਂਦੀ ਆ ਨਾ ਖਾਣ ਨੂੰ, ਦਿਲ ਕਰਦਾ ਆ,
ਫਿਰ ਮੈਂ ਦੇਖ ਵੀ ਨਹੀਂ ਕਰੀ ਹੈਗੀ, ਮੈਂ ਕਿਹਾ ਚਲੋ ਇਹ ਜਦੋਂ ਆਉਣਗੇ ਮੱਥਾ ਟੇਕਣਾ ਉਦੋਂ ਹੀ ਦੇਖ ਕਰਾਂਗੇ। ਵੈਸੇ ਵੀ ਮੈਂ ਕਦੇ ਵੀ ਪਹਿਲਾਂ ਦੇਗ ਨਹੀਂ ਕਰਕੇ ਰੱਖੀ, ਬਸ ਦੇਗ ਕਰਨੀ ਆ ਸਾਡੇ ਬਾਬੇ ਸ਼ਹੀਦ ਜਿਹੜੇ ਸਾਡੇ ਘਰ ਦੇ ਮਗਰਲੇ ਪਾਸੇ ਹੀ ਨੇ, ਬਸ ਉੱਥੇ ਮੱਥਾ ਟੇਕ ਆਉਣਾ, 2 ਮਿੰਟ ਦਾ ਰਸਤਾ ਆ, ਹੈ ਨਾ। ਅਤੇ ਮੈਂ ਸੋਚਿਆ ਵੀ ਚਲੋ ਜਦੇ ਮੱਥਾ ਟੇਕਿਆ ਜਾਊਗਾ ਅਤੇ ਜਦੇ ਆਪਾਂ ਖਾ ਲਾਂਗੇ ਗਰਮਾ ਗਰਮ, ਹੈ ਨਾ। ਅਤੇ ਅੱਜ ਜਿਹੜਾ ਮੌਸਮ ਆ, ਹਾਏ ਰੱਬਾ, ਮੀਂਹ ਪੈ ਰਿਹਾ ਬਾਹਰ ਤਾਂ। ਮੈਂ ਅੰਦਰ ਬੈਠੀ ਵੀਡੀਓ ਐਡੀਟਿੰਗ ਕਰਦੀ ਹਾਂ, ਬਾਹਰ ਕੋਈ ਸਮਾਨ ਤਾਂ ਨਹੀਂ ਪਿਆ। ਅਤੇ ਲਓ ਜੀ, ਬਾਹਰ ਰੱਬ ਮੀਂਹ ਪਾਈ ਜਾਂਦਾ, 10ਵੀਂ ਤੋਂ ਦੂਸਰਾ ਦਿਨ ਆ ਜਦੋਂ ਮੈਂ ਵੀਡੀਓ ਐਡੀਟਿੰਗ ਕਰਦੀ ਹਾਂ ਅਤੇ ਹੁਣ ਮੀਂਹ ਪਈ ਜਾਂਦਾ ਬਾਹਰ। ਅਤੇ ਲਓ ਜੀ, ਇੱਥੇ ਆਪਣੀ ਦੇਗ ਜਿਹੜੀ ਮੈਂ ਬਣਾਈ ਜਾਂਦੀ ਹੈ, ਅਤੇ ਦੇਗ ਬਣਦੇ ਬਣਦੀ ਜਿਹਾਰ ਨੇ ਆ ਜਾਣਾ ਸਕੂਲ ਤੋਂ। ਕੌਣ ਕੌਣ 10ਵੀਂ ਦਾ ਮੱਥਾ ਟੇਕਦਾ ਕਮੈਂਟਸ ਕਰਕੇ ਜ਼ਰੂਰ ਦੱਸਿਓ, ਸਾਡੇ ਇੱਥੇ ਸਾਰੇ ਟੇਕਦੇ ਆ। ਜਿਹਾਰ ਆ ਗਿਆ ਇੱਥੇ ਹੁਣ। ਜਿਹਾਰ ਨੂੰ ਇਹ ਨਹੀਂ ਸੀ ਪਤਾ ਵੀ ਮੰਮੀ ਦੇਗ ਬਣਾ ਰਹੇ ਆ, ਮੰਮੀ ਨੇ ਘੱਟ ਬੋਲਣਾ ਆ ਜਾਂ ਬੋਲਣਾ ਨਹੀਂ ਹੈਗਾ, ਮੈਨੂੰ ਬੁਲਾਈ ਜਾਂਦਾ ਸੀਗਾ। ਅਤੇ ਫਿਰ ਮੈਂ ਜਾਣੀ ਹਾਂ ਹੂੰ 'ਚ, ਇੱਕ ਐਂ ਹੁੰਦਾ ਨਾ ਵੀ ਸਕੂਲੋਂ ਆਏ ਬੱਚੇ ਦਾ ਜਦੋਂ ਆਪਾਂ ਵੈਲਕਮ ਕਰਾਂਗੇ ਫਿਰ ਵਧੀਆ ਲੱਗਦਾ। ਜੇ ਮੈਂ ਹੁਣ ਨਾ ਬੋਲਦੀ ਫਿਰ ਉਹਨੂੰ ਐਂ ਲੱਗਣਾ ਸੀ ਮੰਮੀ ਆਪਦੇ ਕੰਮ 'ਚ ਮਸਤ ਆ ਅਤੇ ਮੈਨੂੰ ਨਹੀਂ ਬੋਲਦੇ ਗੇ ਮੇਰੇ ਨਾ। ਚਲੋ ਮੈਂ ਹੈ ਨਾ ਥੋੜ੍ਹਾ ਥੋੜ੍ਹਾ ਇਹਦੇ ਨਾਲ ਸਮਾਈਲ ਜੀ ਕਰੀ ਗਈ। ਅਤੇ ਇੱਥੇ ਪਾਣੀ ਕਹਿੰਦਾ ਸੀ ਮੈਨੂੰ ਠੰਡਾ ਦੇਵੋ, ਠੰਡਾ ਪਾਣੀ ਫਰਿੱਜ ਵਾਲਾ ਤਾਂ ਨਹੀਂ ਹਾਲੇ ਅਸੀਂ ਪੀਂਦੇ ਗੇ। ਅਤੇ ਮੇਰਾ ਨਾ ਤਾਂਬੇ ਦੇ ਜੱਗ ਦੇ ਵਿੱਚ ਭਰ ਕੇ ਪਾਣੀ ਰੱਖਿਆ ਹੁੰਦਾ, ਉਹ ਪੀ ਲੈਂਦੇ ਹਾਂ ਅਸੀਂ, ਨਾਲੇ ਤਾਂ ਠੰਡਾ ਰਹਿੰਦਾ ਟੂਟੀਆਂ ਵਾਲੇ ਨਾਲੋਂ, ਅਤੇ ਨਾਲੇ ਹੈ ਨਾ ਤਾਂਬੇ ਦਾ ਜਿਹਾ ਵਧੀਆ ਰਹਿੰਦਾ ਆ, ਹੈ ਨਾ। ਅਤੇ ਉਹਦੇ ਵਿੱਚੋਂ ਮੈਂ ਉਹਨੂੰ ਥੋੜ੍ਹਾ ਜਿਹਾ ਪਾਣੀ ਦਿੱਤਾ ਸੀਗਾ ਗਲਾਸ 'ਚ ਪਾ ਕੇ, ਅਤੇ ਉਹਨੇ ਪੀ ਲਿਆ। ਅਤੇ ਮੈਂ ਤਾਂ ਬਹੁਤ ਘੱਟ ਬੋਲੀ, ਦੇਗ ਮੈਂ ਨਾਲ ਕਰੀ ਜਾਂਦੀ ਸੀਗੀ। ਅਤੇ ਲਓ ਜੀ, ਆਟਾ ਆਪਣਾ ਭੁੱਜ ਗਿਆ। ਅਤੇ ਹਾਂਜੀ, ਇੱਕ ਮੇਰੇ ਹੈ ਨਾ ਕਮੈਂਟਸ ਆਇਆ ਸੀ ਵੀ ਤੁਸੀਂ ਦੱਸਿਆ ਨਹੀਂ ਗਾ ਵੀ ਕੌਣ ਗਿਆ ਆ, ਅਤੇ ਮੈਂ ਤੁਹਾਨੂੰ ਕਿਹਾ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਪਤਾ ਲੱਗ ਜੂਗਾ ਵੀ ਆਪਣੇ ਘਰੋਂ ਕੌਣ ਗਿਆ। ਅਤੇ ਕੱਲ੍ਹ ਮਤਲਬ ਵੀ ਐਂ ਆ ਵੀ ਵਲੋਗ ਵੀ ਨਹੀਂ ਬਣਿਆ, ਬਸ ਤਿਆਰੀ ਦੇ ਵਿੱਚ ਲੱਗੇ ਰਹੇ, ਹੈ ਨਾ, ਹੁੰਦਾ ਹੀ ਆ। ਫਿਰ ਹੈ ਨਾ ਮਨ ਵੀ ਉਦਾਸ ਜਿਹਾ ਸੀਗਾ ਵੀ ਹੈ ਨਾ ਚਲੇ ਜਾਣਾ ਆ। ਅਤੇ ਕੰਮ ਇੱਕ ਤੁਹਾਨੂੰ ਪਤਾ ਕਿੰਨਾ ਕੰਮ ਹੁੰਦਾ, ਇੱਕ ਮੈਂ ਇਕੱਲੀ ਜਾਣੀ ਸਾਰਾ ਘਰ ਦਾ ਕੰਮ ਕਰਨ ਵਾਲੀ, ਹੈ ਨਾ। ਇੱਕ ਐਂ ਹੁੰਦਾ ਵੀ ਹੈ ਨਾ ਮੰਮੀ ਨੇ ਵੀ ਮੰਮੀ ਦੇ ਥਾਂ ਖੜਨਾ, ਅਤੇ ਬਾਕੀ ਸਾਰੇ ਕੰਮ ਵੀ ਮੈਂ ਕਰਨੇ, ਹੈ ਨਾ। ਵੀ ਬੱਚਿਆਂ ਨੂੰ ਵੀ ਮੰਮੀ ਜਿੱਥੇ ਜਿੱਥੇ ਹੈ ਨਾ ਬੱਚੇ ਆਵਾਜ਼ ਮਾਰ ਦੇਣ, ਕਈ ਵਾਰੀ ਤਾਂ ਐਂ ਹੁੰਦਾ ਵੀ ਮੇਰੀ ਤਵੇ 'ਤੇ ਪਈ ਰੋਟੀ ਸੜ ਜਾਂਦੀ ਹੈ, ਜੇ ਜਿਹਾਰ ਨੇ ਜਾਂ ਵੱਡੇ ਬੇਟੇ ਨੇ ਆਵਾਜ਼ ਮਾਰ ਲਈ ਮੰਮਾ ਉਰੇ ਆਇਓ, ਤਵੇ 'ਤੇ ਪਈ ਰੋਟੀ ਸੜ ਜਾਂਦੀ ਹੈ ਮੇਰੀ, ਹੈ ਨਾ। ਫਿਰ ਮੈਨੂੰ ਜਾਣਾ ਪੈਂਦਾ ਆ। ਅਤੇ ਜਾਣੀ ਕਿ ਇਹ ਮੰਨ ਕੇ ਚੱਲੋ ਵੀ ਘਰ ਦੇ ਕੰਮ ਆ ਜਿਹੜੇ, ਹੈ ਨਾ, ਸਾਰੇ ਜੇ ਔਰਤ ਆ ਤਾਂ ਕੰਮ ਆ। ਇੰਨੀ ਕੁ ਗੱਲ ਮੈਂ ਨੋਟ ਕਰੀ ਆ, ਜਦੋਂ ਹੁਣ ਮੈਂ ਬਿਮਾਰ ਸੀਗੀ ਵੀ ਜੇ ਮੈਂ ਪਈਆਂ ਤਾਂ ਸਮਝ ਲਓ ਸਾਰਾ ਘਰ ਪਿਆ, ਸਾਰੇ ਬਿਮਾਰ ਟੋਟਲ, ਇੰਨਾ ਮੈਂ ਲਾਇਆ ਹਿਸਾਬ। ਅਤੇ ਜੇ ਮੈਂ ਤੁਰੀ ਫਿਰਦੀ ਹਾਂ ਤਾਂ ਸਾਰਾ ਘਰ ਚਹਿਕਦਾ ਮਹਿਕਦਾ, ਅਤੇ ਸਾਰੇ ਠੀਕ ਠਾਕ ਤੰਦਰੁਸਤ ਨੇ, ਹੈ ਨਾ। ਕਿਉਂਕਿ ਜੇ ਮੈਂ ਬਿਮਾਰ ਹਾਂ ਅਤੇ ਮੈਂ ਇੱਕ ਪਾਸੇ ਆਪਦਾ ਪੈ ਗਈ ਤਾਂ ਫਿਰ ਇਹਨਾਂ ਨੇ ਵੀ ਨਹੀਂ ਬੋਲਣਾ ਕਿ ਤਿੰਨਾਂ ਜਾਣਿਆਂ ਨੇ, ਇਹ ਵੀ ਫਿਰ ਚੁੱਪ ਰਹਿੰਦੇ ਆ, ਹੈ ਨਾ। ਅਤੇ ਲਓ ਜੀ, ਆਪਣਾ ਗੱਲਾਂ ਗੱਲਾਂ ਦੇ ਵਿੱਚ ਆਟਾ ਵੀ ਭੁੱਜ ਗਿਆ ਅਤੇ ਮੈਂ ਮਿੱਠਾ ਵੀ ਪਾਤਾ, ਅਤੇ ਹੁਣ ਆਪਾਂ ਪਾ ਦਾਂਗੇ ਪਾਣੀ, ਗਰਮ ਪਾਣੀ ਕਰਕੇ ਮੈਂ ਪਾਉਣੀ ਹੁੰਦੀ ਹਾਂ, ਜਿੰਨੀ ਕੁ ਲੋੜ ਆ ਬਸ ਆਪਾਂ ਇੱਦਾਂ ਪਾਣੀ ਪਾ ਲੈਣਾ। ਦੇਖ ਲਓ, ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਮੇਰੀ ਮੈਰਿਜ ਹੋਈ ਮੈਨੂੰ ਦੇਗ ਨਹੀਂ ਸੀ ਕਰਨੀ, ਮਤਲਬ ਆਉਂਦੀ ਤਾਂ ਸੀਗੀ, ਦੇਖਦੇ ਹੁੰਦੇ ਸੀ ਮੰਮੀ ਉਹਨਾਂ ਨੂੰ, ਪਰ ਮੈਂ ਐਵੇਂ ਕਹਾਂ ਮੈਰਿਜ ਤੋਂ ਬਾਅਦ ਆਪ ਭੋਗ ਬਣਾਉਣਾ ਜਾਣੀ ਕਿ ਦੇਗ ਕਰਨੀ ਸਿੱਖੀ ਕਹਿ ਸਕਦੇ ਹਾਂ, ਬਸ ਇਹਨੂੰ ਸਿੱਖਿਆ ਹੀ ਕਹਿ ਸਕਦੇ ਹਾਂ, ਹੈ ਨਾ। ਵੀ ਜਿਵੇਂ ਪਹਿਲਾਂ ਕਦੇ ਆਪਾਂ ਦੇਗ ਕਰੀ ਹੋਈ ਨਹੀਂ ਸੀਗੀ, ਕੁਮਾਰੇ ਹੁੰਦੇ ਪਹਿਲੀ ਗੱਲ ਤਾਂ ਫਿਰ ਕਹਿ ਦਿੰਦੇ ਵੀ ਕੁੜੀਆਂ ਨੇ ਹੱਥ ਨਹੀਂ ਲਾਉਣਾ ਹੈਗਾ ਦੇਗ ਨੂੰ, ਹੈ ਨਾ, ਵੀ ਮੱਥਾ ਟੇਕਣਾ 10ਵੀਂ ਦਾ। ਅਤੇ ਉਦੋਂ ਉੱਥੇ ਦੇਗ ਨਹੀਂ ਸੀ, ਫਿਰ ਇੱਥੇ ਆ ਕੇ ਮੈਂ ਇੱਕ ਵਾਰੀ, ਹੈ ਨਾ, ਮਤਲਬ ਦੇਗ ਕਰੀ, ਆਪਦੇ ਆਪ 'ਤੇ ਡਰ ਵੀ ਲੱਗਦਾ ਸੀਗਾ ਵੀ ਦੇਗ ਕਰਨੀ ਆ, ਸਾਰਿਆਂ ਨੂੰ ਪਸੰਦ ਵੀ ਆਵੇ, ਵਧੀਆ ਵੀ ਬਣੇ, ਹੈ ਨਾ। ਬਸ ਜਿਵੇਂ ਮੰਮੀ ਹੋਣੀ ਕਰਦੇ ਹੁੰਦੇ ਸੀਗੇ, ਆਪਾਂ ਉੱਕਣੇ ਆਟਾ ਭੁੰਨ ਲਿਆ, ਆਟਾ ਭੁੰਨ ਕੇ ਜਿੰਨਾ ਆਪਾਂ ਆਟਾ ਪਾਇਆ ਸੀਗਾ
ਉਹਨਾਂ ਆਪਾਂ ਮਿੱਠਾ ਪਾ ਲਿਆ ਅਤੇ ਵਿੱਚ ਪਾਣੀ ਪਾ ਤਾ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਦੇਗ ਇੰਨੀ ਟੇਸਟੀ ਬਣਦੀ ਹੈ ਨਾ, ਬਹੁਤ ਹੀ ਵਧੀਆ। ਹੁਣ ਤੁਸੀਂ ਆਪ ਵੀ ਦੇਖ ਸਕਦੇ ਹੋ ਕਲਰ ਵੀ ਇੰਨਾ ਵਧੀਆ ਆਇਆ ਅਤੇ ਟੇਸਟ, ਜਦੋਂ ਕਲਰ ਵਧੀਆ ਤਾਂ ਟੇਸਟ ਦੇਗ ਦਾ ਆਪਣੇ ਆਪ ਹੀ ਵਧੀਆ ਹੁੰਦਾ ਆ, ਹੈ ਨਾ। ਪਹਿਲਾਂ ਪਹਿਲਾਂ ਡਰ ਲੱਗਦਾ ਹੁੰਦਾ ਸੀਗਾ, ਬਟ ਹੁਣ ਦੇਖ ਲਓ ਸਾਰੀ ਚੀਜ਼ ਆਪਾਂ ਬਣਾ ਲੈਂਦੇ ਹਾਂ, ਕਿਸੇ ਵੀ ਚੀਜ਼ ਤੋਂ ਆਪਾਂ ਡਰਦੇ ਨਹੀਂ। ਚਿਰਾਗ ਆ ਸਾਡੇ ਲੱਗਦੇ ਸ਼ਹੀਦਾਂ ਦੇ ਚਿਰਾਗ ਬਹੁਤੇ ਬੰਦੇ ਹੈ ਨਾ ਇਹ ਕਹਿੰਦੇ ਐਕਟੀਵਿਟੀ ਫੈਲਾਈ ਦੀ ਹੁੰਦੀ, ਆਪਣੀ ਸ਼ਰਧਾ ਆ, ਆਪਾਂ ਆਪਦੀ ਸ਼ਰਧਾ ਨਾਲ ਮੱਥਾ ਟੇਕਦੇ ਹਾਂ। ਲਓ ਜੀ, ਜੁਝਾਰ ਅਤੇ ਜੁਝਾਰ ਦੇ ਡੈਡੀ ਦੇ ਚਲੇ ਗਏ ਮੱਥਾ ਟੇਕਣ। ਜੁਝਾਰ ਦੇ ਮੈਂ ਪਟਕਾ ਬੰਨ ਕੇ ਉਹਦੇ ਡੈਡੀ ਦੇ ਨਾਲ ਉਹਨੂੰ ਭੇਜਤਾ। ਉਹ ਕਹਿੰਦਾ ਮੈਂ ਵੀ ਜਾਣਾ ਮੰਮਾ ਮੱਥਾ ਟੇਕਣ। ਮੈਂ ਉਹਨੂੰ ਕਹਿੰਦੀ ਸੀ ਵੀ ਤੂੰ ਪਟਕਾ ਨਾ ਆਪਦਾ ਯੂਨੀਫਾਰਮ ਵਾਲਾ ਹੀ ਨਾ ਖੋਲਦਾ, ਵੀ 2 ਮਿੰਟ ਵਾਸਤੇ ਹੁਣ ਫਿਰ ਮੇਰਾ ਟਾਈਮ ਬਰਬਾਦ ਕੀਤਾ। ਚਲੋ ਜੀ ਕੋਈ ਗੱਲ ਨਹੀਂ, ਪਟਕਾ ਬੰਨ ਕੇ ਉਹਨੂੰ ਆਪਾਂ ਭੇਜਤਾ ਮੱਥਾ ਟੇਕਣ। ਅਤੇ ਉਸ ਤੋਂ ਬਾਅਦ ਮੈਂ ਬਣਾਉਣ ਲੱਗੀ ਖੀਰ।
ਕਿਉਂਕਿ ਗੁਰਦੁਆਰਾ ਸਾਹਿਬ ਵੀ ਆਪਾਂ ਖੀਰ ਪ੍ਰਸ਼ਾਦ ਦੇਣਾ, ਤੁਹਾਨੂੰ ਪਤਾ ਆਪਣੀ ਮੱਝ ਸੂਈ ਆ ਹੈ ਨਾ, ਸੁੱਚ ਖੁੱਲ੍ਹਦੀ ਆ, ਫਿਰ ਗੁਰਦੁਆਰਾ ਸਾਹਿਬ ਵੀ ਅਸੀਂ ਖੀਰ ਪ੍ਰਸ਼ਾਦ ਭੇਜ ਦਿੰਦੇ ਹੁੰਦੇ ਹਾਂ ਹੈ ਨਾ। ਅਤੇ ਇੱਥੇ ਬਸ ਜ਼ਿਆਦਾ ਨਹੀਂ ਸੀ ਖੀਰ ਬਣਾਈ, ਅੱਜ ਮੈਂ ਥੋੜ੍ਹੀ ਖੀਰ ਬਣਾਈ ਸੀ ਕਿਉਂਕਿ ਫਿਰ ਝੁਝਾਰ ਨੇ ਖੀਰ ਖਾਣੀ ਆ ਫਰਿੱਜ ਵਿੱਚ ਰੱਖ ਰੱਖ ਕੇ, ਤੁਹਾਨੂੰ ਪਤਾ ਉਹਨੂੰ ਬਹੁਤ ਜ਼ਿਆਦਾ ਖੰਘ ਜ਼ੁਕਾਮ ਆ, ਫਿਰ ਤਾਂ ਕਰਕੇ ਮੈਂ ਖੀਰ ਜਿਹੜੀ ਬਹੁਤ ਘੱਟ ਬਣਾਈ ਸੀਗੀ ਵੀ ਜਿਹੜੀ ਹੁਣ ਹੁਣੇ ਖਾਧੀ ਜਾਵੇ ਅਤੇ ਗੁਰਦੁਆਰਾ ਸਾਹਿਬ ਚਲੀ ਜਾਵੇ। ਠੀਕ ਹੈ ਜੀ, ਚੌਲ ਮੈਂ ਧੋ ਕੇ ਪਹਿਲਾਂ ਹੀ ਭਿਉਂਤੇ ਸੀਗੇ, ਦੇਖ ਕਰਨ ਤੋਂ ਵੀ ਪਹਿਲਾਂ ਮੇਰੇ ਚੌਲ ਭਿਉਂ ਕੇ ਰੱਖੇ ਸੀ, ਫਿਰ ਜਲਦੀ ਖੀਰ ਬਣ ਜਾਂਦੀ ਹੈ। ਖੀਰ ਵਾਲੇ ਚੌਲ ਤਾਂ ਆਪਾਂ ਨਹੀਂ ਸੀ ਲਿਆਉਂਦੇ ਹੋਏ, ਉਹੀ ਸੀਗੇ ਜਿਹੜੇ ਬਨਸਪਤੀ ਆਪਣੇ ਘਰ ਦੇ ਕਢਵਾਏ ਹੋਏ ਨੇ, ਉਹੀ ਚੌਲਾਂ ਨੂੰ ਹੈ ਨਾ ਮੈਂ ਭਿਉਂ ਲੈਂਦੀ ਹੁੰਦੀ ਹਾਂ, ਫਿਰ ਉਹ ਨਾ ਬਹੁਤ ਵਧੀਆ ਖੀਰ ਬਣਦੀ ਆ, ਰਲ ਜਾਂਦੇ ਨੇ ਵਧੀਆ ਦੁੱਧ ਦੇ ਵਿੱਚ। ਜੇ ਪਹਿਲਾਂ ਭਿਉਂ ਕੇ ਰੱਖਦੇ ਆ ਤਾਂ ਰਲਦੇ ਆ, ਜੇ ਆਪਾਂ ਹੈ ਨਾ ਐਟ ਏ ਟਾਈਮ ਇਹ ਧੋ ਕੇ ਦੁੱਧ ਵਿੱਚ ਪਾਉਂਦੇ ਹਾਂ ਫਿਰ ਨਹੀਂ ਰਲਦੇ ਜੀ ਜਲਦੀ। ਇੱਥੇ ਹੁਣ ਮੈਂ ਖੀਰ ਬਣਾਉਂਦੀ ਹਾਂ, ਖੀਰ ਤੁਹਾਨੂੰ ਪਤਾ ਆਪਣੇ ਘਰ ਦੇ ਵਿੱਚ ਖੀਰ ਉੱਦਾਂ ਹੀ ਬਣਦੀ ਆ ਸਿੰਪਲ ਤਰੀਕੇ ਦੇ ਨਾਲ, ਬਸ ਦੁੱਧ ਚੌਲ, ਹੋਰ ਕੁਛ ਨਹੀਂ ਇਹਦੇ ਵਿੱਚ ਪਾਉਣਾ, ਚੀਨੀ ਪਾਉਣੀ ਆ ਮਿੱਠੇ ਦੇ ਤੌਰ 'ਤੇ, ਹੋਰ ਕੁਛ ਨਹੀਂ ਪਾਉਣਾ ਗਾ, ਪਾਉਣ ਨਹੀਂ ਦਿੰਦੇ ਗੇ ਬੱਚੇ, ਬਹੁਤ ਦਿਲ ਕਰਦਾ ਹੁੰਦਾ ਹੈ ਨਾ, ਮੈਨੂੰ ਤਾਂ ਬਹੁਤ ਪਸੰਦ ਆ ਵਿੱਚ ਕਾਜੂ ਹੋਣ, ਬਦਾਮ ਹੋਣ, ਹੈ ਨਾ ਕੋਕਾ ਵਗੈਰਾ ਪਾਇਆ ਹੋਵੇ, ਦਾਖਾਂ ਹੋਣ। ਕਈ ਵਾਰੀ ਮੇਰਾ ਮਨ ਵੀ ਕਰਦਾ ਹੁੰਦਾ ਵੀ ਆਪਣੇ ਵਾਲੀ ਸਪੈਸ਼ਲ ਕੱਢ ਕੇ ਉਹਦੇ ਵਿੱਚ ਆ ਸਾਰਾ ਸਮਾਨ ਪਾ ਲਵਾਂ, ਪਰ ਬੱਚੇ ਕਿੱਥੋਂ ਪਾਉਣ ਦਿੰਦੇ ਹੁੰਦੇ ਆ, ਅਤੇ ਫਿਰ ਅਲੱਗ ਜਿਹੇ ਨਹੀਂ ਆਪਦੇ ਲਈ ਅਲੱਗ ਜਿਹਾ ਖਾਣਾ ਬਣਾਉਣਾ ਨਾ ਤਾਂ ਮੈਨੂੰ ਪਸੰਦ ਆ ਨਾ ਬਣਦਾ ਹੀ ਆ, ਹੈ ਨਾ ਇੰਨਾ ਟਾਈਮ ਕਿੱਥੇ ਹੁੰਦਾ। ਅਤੇ ਇੱਥੇ ਵੀ ਹੁਣ ਮੈਂ ਪੂਰੀ ਥੱਕੀ ਪਈ ਸੀਗੀ, ਤੁਹਾਨੂੰ ਮੇਰੇ ਫੇਸ ਤੋਂ ਪਤਾ ਲੱਗਦਾ ਹੀ ਹੋਣਾ, ਮੇਰੇ ਇੰਨੀ ਜ਼ਿਆਦਾ ਥੱਕੀ ਹੋਈ ਸੀ ਮੈਂ ਕੰਮ ਕਰ ਕਰਕੇ, ਤੁਹਾਨੂੰ ਪਤਾ ਵੀ ਇੱਕ ਤਾਂ ਅੱਜ ਜਾਣਾ ਸੀਗਾ ਹੈ ਨਾ, ਉਹਦੇ ਕਰਕੇ ਮੋਰਨਿੰਗ ਤੋਂ ਹੀ ਕੰਮ ਬਹੁਤ ਜ਼ਿਆਦਾ ਸੀਗਾ, ਅਤੇ ਫਿਰ ਅੱਜ ਇੱਕ ਮੈਂ ਰਹਿ ਇਕੱਲੀ ਗਈ ਹੈ ਨਾ, ਫਿਰ ਇਹ ਆਪਦੇ ਕੰਮ ਕਰਦੇ ਫਿਰਦੇ ਸੀਗੇ, ਤੁਹਾਨੂੰ ਪਤਾ। ਲਓ ਜੀ ਇੱਥੇ ਖੀਰ ਪ੍ਰਸ਼ਾਦ ਤਿਆਰ ਆ, ਤੁਸੀਂ ਵੀ ਖਾ ਲਓ। ਤਿੰਨ ਭਾਂਡਿਆਂ ਦੇ ਵਿੱਚ ਮੈਂ ਪਾ ਲਿਆ, ਜੇ ਪਲੇਟ ਦੇ ਵਿੱਚ ਜੁਝਾਰ ਦੀ ਖੀਰ ਆ ਅਤੇ ਕੌਲੀਆਂ ਦੇ ਵਿੱਚ ਸਾਡੀ ਦੋਨਾਂ ਦੀ ਆ, ਮੈਂ ਥੋੜ੍ਹੀ ਖਾਊਂਗੀ, ਇਹਨਾਂ ਡੈਡੀ ਵੀ ਕਹਿੰਦੇ ਕਹਿੰਦੇ ਮੈਂ ਥੋੜ੍ਹੀ ਉਹ ਦੇਈ ਹਾਂ, ਪਤਾ ਨਹੀਂ ਉਹ ਵੀ ਕੀ ਕਹਿੰਦੇ, ਪਤਾ ਨਹੀਂ ਮੈਂ ਰੱਜਿਆ ਹੋਇਆ ਪਤਾ ਨਹੀਂ ਕੀ, ਕੁਛ ਖਾ ਲਿਆ ਸੀ ਉਹਨਾਂ ਨੇ ਪਤਾ ਨਹੀਂ ਕੀ। ਅਤੇ ਲਓ ਜੀ ਜਿਹਨੇ ਅੱਜ ਜਾਣਾ ਉਹ ਵੀ ਵਾਰੀ ਆ ਗਈ, ਦੇਖ ਲਓ ਤੁਸੀਂ ਹੁਣ ਦੋ ਮੈਂਬਰ ਆਪਣੇ ਘਰ ਤੋਂ ਅੱਜ ਜਾ ਰਹੇ ਨੇ, ਬਰਾਂਡਾ ਵੀ ਭੈਂ ਭੈਂ ਕਰਨ ਲੱਗ ਗਿਆ, ਅਤੇ ਹੈ ਨਾ ਬਰਾਂਡਾ ਐਂ ਲੱਗਦਾ ਵੀ ਇੱਥੇ ਕੁਛ ਹੈ ਹੀ ਨਹੀਂ ਗਾ, ਖਾਲੀ ਆ। ਅਤੇ ਦੇਖਿਓ ਤੁਸੀਂ ਹੁਣ ਕਿਹਨੇ ਜਾਣਾ ਆਪਣੇ ਘਰੋਂ, ਮੇਰਾ ਤਾਂ ਸੱਚੀ ਸੌਂ ਲੱਗੇ ਬਿਲਕੁਲ ਵੀ ਦਿਲ ਨਹੀਂ ਲੱਗਦਾ ਗਾ, ਮੈਨੂੰ ਤਾਂ ਵਧੀਆ ਹੀ ਨਹੀਂ ਲੱਗਦਾ ਗਾ, ਬਸ ਇੱਕ ਬੰਦੇ ਦੇ ਹੈ ਨਾ ਮਜਬੂਰੀਆਂ ਨੇ, ਮਜਬੂਰੀ ਇਹ ਕੰਮ ਕਰਵਾ ਦਿੰਦੀ ਹੁੰਦੀ ਆ, ਦਿਲ ਕਿਸੇ ਦਾ ਨਹੀਂ ਕਰਦਾ ਹੁੰਦਾ ਇਹ ਕੰਮ ਕਰਨ ਨੂੰ ਹੈ ਨਾ। ਅਤੇ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਆਪਣਾ ਅਰਜਨ ਅਤੇ ਅਰਜਨ ਦੀ ਮੰਮਾ ਆਪਾਂ ਨੇ ਵੇਚਤੇ ਆ, ਅਰਜਨ ਦੀ ਮੰਮਾ ਵੇਚਤੀ, ਚਲੋ ਅਰਜਨ ਨੇ ਤਾਂ ਨਾਲ ਜਾਣਾ ਹੀ ਸੀਗਾ, ਅਤੇ ਮਨ ਤਾਂ ਇੰਨਾ ਦੁਖੀ ਹੋਇਆ ਹੈ ਨਾ ਵੀ ਮਜਬੂਰੀ 'ਚ ਇਹ ਕੰਮ ਕਰਨਾ ਪੈ ਗਿਆ, ਨਹੀਂ ਮੈਂ ਨਾ ਇਹਨੂੰ ਵੇਚਦੀ, ਇੰਨੇ ਸਾਲਾਂ ਤੋਂ ਆਪਾਂ ਲਿਆਂਦੀ ਹੋਈ ਆ, ਰੱਖੀ ਹੋਈ ਆ, ਸਪੈਸ਼ਲ ਮੈਂ ਯੂਟਿਊਬ ਵਾਸਤੇ ਮੱਝ ਮੰਗਵਾਈ ਸੀ, ਮੈਂ ਕਿਹਾ ਮੈਂ ਵੀ ਯੂਟਿਊਬ 'ਤੇ ਕੰਮ ਕਰਿਆ ਕਰੂੰਗੀ, ਫਿਰ ਮੈਂ ਸੋਚਿਆ ਮੈਂ ਕਾਹਦੀ ਵੀਡੀਓ ਪਾਇਆ ਕਰੂੰ, ਫਿਰ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਮੱਝ ਲੈ ਲਓ ਹੈ ਨਾ, ਵੀ ਮੈਂ ਨਾ ਸਾਰਾ ਘਰ ਦਾ ਕੰਮ ਕਰਦੀ ਤਾਂ ਹੈਗੀ, ਉਦੋਂ ਸਾਡੇ ਦੁੱਧ ਨਹੀਂ ਸੀਗਾ, ਫਿਰ ਅਸੀਂ ਮੱਝ ਮੁੱਲ ਲੈ ਲਈ, ਅਤੇ ਫਿਰ ਬਸ ਹੌਲੀ 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 ਇਹਨੂੰ ਸੰਭਾਲਣ ਦੇ ਵਿੱਚ ਬਿਜ਼ੀ ਹੋ ਗਈ, ਅਤੇ ਫਿਰ ਤੁਹਾਨੂੰ ਪਤਾ ਆਪਾਂ ਯੂਟਿਊਬ 'ਤੇ ਆ ਗਏ, ਅਤੇ ਫਿਰ ਆਪਾਂ ਯੂਟਿਊਬ 'ਤੇ ਆ ਕੇ ਵੀਡੀਓ ਪਾਉਣ ਲੱਗ ਗਏ, ਅਤੇ ਅੱਜ ਮੇਰਾ ਉੱਥੇ ਮੈਂ ਖੜੀ ਸੀਗੀ, ਮੇਰੇ ਤੋਂ ਦੇਖੀ ਨਹੀਂ ਸੀ ਜਾਂਦੀ ਇਹ ਜਾਂਦੀ ਹੈ ਨਾ, ਮਨ ਮੇਰਾ ਹੋਰ ਤਰ੍ਹਾਂ ਹੁੰਦਾ ਸੀ, ਮੈਂ ਐਵੇਂ ਕਹਾਂ ਤੁਹਾਨੂੰ ਵੀ ਜਦੋਂ ਤੋਂ ਟੈਂਪੂ ਚਲੇ ਗਿਆ ਸੀ ਮੈਂ ਰੋਈ ਵੀ ਹੈ ਨਾ, ਮੇਰਾ ਰੋਣਾ ਵੀ ਨਿਕਲ ਗਿਆ ਸੀ, ਹੁੰਦਾ ਆ ਜਦੋਂ ਹੈ ਨਾ ਆਪਾਂ ਇੰਨੇ ਸਾਲ ਰੱਖ ਕੇ ਪਸ਼ੂ ਨੂੰ ਤੋਰਨੇ ਬਹੁਤ ਔਖੇ ਆ ਹੈ ਨਾ। ਚਲੋ ਫਿਰ ਵੀ ਹੈ ਨਾ ਉਹ ਵਾਲੇ ਵੀਰੇ ਨੇ ਲਈ ਆ ਜਿਹਦੇ 'ਚ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ, ਉਹ ਵਾਲੇ ਵੀਰੇ ਨੇ ਲਈ ਆ, ਅਤੇ ਮੈਂ ਵੀਰੇ ਨੂੰ ਦੱਸਦੀ ਸੀਗੀ ਵੀਰੇ ਅਸੀਂ ਨਾ ਰੱਖਿਆ ਹੋਇਆ ਕੱਟੇ ਦਾ,
ਇਹਦਾ ਨਾਮ ਅਰਜਨ ਆ, ਅਤੇ ਮੈਂ ਉਹਨੂੰ ਦੱਸਦੀ ਸੀਗੀ। ਉਹ ਕਹਿੰਦੇ ਸੀ, ਕਹਿੰਦੇ ਭੈਣੇ ਵੀ ਸਾਡੇ ਕੋਲ ਵੀ ਓਪਰਾ ਜੀ ਕਰੂਗੀ, ਹੈ ਨਾ, ਇੱਕ ਦੋ ਦਿਨ ਓਪਰਾ ਕਰੂ। ਮੈਂ ਕਹਿੰਦੀ ਸੀ ਵੀ ਹਾਂ ਵੀ ਓਪਰਾ ਤਾਂ ਭਾਈ ਕਰੂਗੀ, ਵੀ ਇੰਨੇ ਸਾਲਾਂ ਤੋਂ ਸਾਡੇ ਕੋਲ ਹੀ ਆ, ਹੈ ਨਾ, ਵੀ ਇੱਕ ਹੱਥ ਜੇ ਰਹਿਣ ਨਾ ਪਸ਼ੂ ਨੂੰ ਹੋ ਜਾਂਦਾ ਆ, ਵੀ ਆਪਾਂ ਚਲੇ ਜਾਈਏ ਕਿਤੇ ਦੋ ਘੜੀ ਉੱਥੇ, ਆਪਣਾ ਦਿੱਲੀ ਲੱਗਦਾ ਹੈ ਤਾਂ ਫਿਰ ਵੀ ਪਸ਼ੂ ਆ, ਹੈ ਨਾ। ਹੁਣ ਤੀਜੀ ਪਈ ਸੀ ਪੂਰੀ ਇੰਨਾ, ਅਤੇ ਉਹ ਕਰਦੀ ਸੀਗੀ, ਮੇਰਾ ਤਾਂ ਕੁਝ ਜ਼ਿਆਦਾ ਹੀ ਕਰਦੀ ਸੀ, ਤੁਸੀਂ ਵੀ ਵੀਡੀਓ ਦੇ ਵਿੱਚ ਦੇਖਦੇ ਹੀ ਹੋ, ਹੈ ਨਾ, ਅਤੇ ਬਹੁਤ ਜ਼ਿਆਦਾ, ਹੈ ਨਾ। ਮੇਰਾ ਤਾਂ ਹੁਣ ਦਿਲ ਵੀ ਨਹੀਂ ਲੱਗਦਾ, ਬਰਾਂਡਾ ਐਂ ਭੈਂ ਭੈਂ ਕਰਦਾ, ਖਾਲੀ ਖਾਲੀ ਘਰ ਲੱਗਦਾ। ਚਲੋ ਜੀ, ਅੰਜਲ ਆ ਜੀ, ਜਦੋਂ ਤੱਕ ਅੰਜਲ ਆ ਉਦੋਂ ਤੱਕ ਚੁਗਣਾ, ਹੈ ਨਾ। ਬਸ ਮਜਬੂਰੀ ਹੋ ਗਈ ਵੇਚਣੀ, ਤਾਂ ਵੇਚਣੀ ਪਈ ਹੈ। ਮਜਬੂਰੀਆਂ ਹੀ ਆ ਜਿਹੜੀਆਂ ਆਪਾਂ ਨੂੰ, ਹੈ ਨਾ, ਪਾਪੀ ਪੇਟ ਦੇ ਘਰ ਆ ਜੀ, ਕੰਮ ਤੋਂ ਨਹੀਂ ਖਿੱਚਦੇ ਹੈਗੇ, ਕੰਮ ਤੋਂ ਨਹੀਂ ਇਹ ਹੈਗਾ ਵੀ ਆਪਾਂ ਕੰਮ ਕਰਕੇ ਵੇਚੀਏ, ਕੰਮ ਨਹੀਂ ਹੁੰਦਾ ਹੈਗਾ, ਮਜਬੂਰੀ ਹੋ ਗਈ ਤਾਂ ਵੇਚਣੀ ਪਈ ਆ, ਨਹੀਂ ਤਾਂ ਮੇਰਾ ਤਾਂ ਐਂ ਦਿਲ ਕਰਦਾ ਵੀ ਪੰਜ ਚਾਰ ਪਸ਼ੂ ਹੋਣ ਵਧੀਆ ਰੱਖੇ ਹੋਏ, ਹੈ ਨਾ, ਵੀ ਘਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਆ। ਚਲੋ ਜੀ, ਇੰਨੀ ਢੀਠ ਜੀ ਸੀਗੀ, ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਵੀ ਤੂੰ ਸਾਨੂੰ ਬਾਏ ਤਾਂ ਕਰ ਜਾ, ਪਿੱਛੇ ਮੁੜ ਕੇ ਤੱਕ ਨਹੀਂ ਦੇਖਿਆ ਇਹਨੇ, ਦੇਖੋ। ਘਰ ਖਾਲੀ ਖਾਲੀ ਭੈਂ ਭੈਂ ਕਰਦਾ। ਚਲੋ ਜੀ, ਆਪਾਂ ਅੱਜ ਦੇ ਵਲੋਗ ਦਾ ਐਂਡ ਵੀ ਇੱਥੇ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵਲੋਗ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।